ਰਾਜਪੁਰਾ ਵਿਖੇ ਕੌਮੀ ਸ਼ਾਹ ਮਾਰਗ ਨੈਸ਼ਨਲ ਹਾਈਵੇ ਤੇ ਸਥਿਤ ਥਾਣਾ ਖੇੜੀ ਗੰਡਿਆਂ ਦੇ ਬਾਹਰ ਪੁਲਿਸ ਦੇ ਵੱਲੋਂ ਸਿਕਿਉਰਟੀ ਵਧਾ ਦਿੱਤੀ ਗਈ ਹੈ। ਪੰਜਾਬ ਦੇ ਡੀਜੀਪੀ ਦੇ ਵੱਲੋਂ ਸ਼ਹਿਰ ਤੋਂ ਬਾਹਰ ਹਾਈਵੇ ਤੇ ਸਥਿਤ ਥਾਣੇ ਅਤੇ ਹਾਈ ਸਿਕਿਉਰਟੀ ਪੁਲਿਸ ਫੋਰਸ ਤਾਇਨਾਤ ਕਰਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਤਰਨ ਤਾਰਨ ਸਰਹਾਲੀ ਥਾਣੇ ਤੇ ਪਾਕਿਸਤਾਨੀ ਏਜੰਸੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕੁਝ ਹੀ ਸਮੇਂ ਦੌਰਾਨ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਇਸ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਥਾਣੇ ਦੇ ਬਾਹਰ ਸਿਕਿਉਰਟੀ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। इस मौके ते न्यूज़ 89 पंजाब दे मुख संपादक संदीप चौधरी ने SHO थाना खेड़ी गंडियां दे नाल गलबात कीती है। सो सवेर तो ही तुहानू लगातार राजपुरा इलाके दे विच तरन तारण दे नेड़े सराली थाने दे विच जिहड़ी घटना होई सीगी ग्रनेड दे नाल हमला कीता गया सी उहदे तुहानू लगातार जिहड़ी है खबर दिखा रहे हैं कि DGP साहब पंजाब द्वारा उच्च अधिकारियों वालों आदेश जारी किए गए हैं। जो भी नैशनल हाईवे ते थाने बने हुए हैं उन्हां दी सुरक्षा नूं देखदे हुए तैनात की गई है पुलिस। तो साढ़े नाल इस टाइम SHO खेड़ी गंडिया साढ़े नाल मौजूद है क्योंकि खेड़ी गंडिया भी जिहड़ा थाना हैगा वह भी गंडा खेड़ी जिहड़ी नहर है उहदे बिल्कुल नाल पैंदा ते पटियाला रोड जिहड़ी है नैशनल हाईवे ते इह थाना बिल्कुल नाल पैंदा है ते इहदी सुरक्षा भी जिहड़ी है वधाई गई है जिथे कि राजपुरा सदर थाने की सुरक्षा दे विच तैनात की गई है पुलिस। तो उत्थे ही खेड़ी गंडिया की सुरक्षा दे विच भी थाने की सुरक्षा दे विच भी पुलिस जिहड़ी है तैनात की गई है। मैडम साढ़े नाल मौजूद है, मैडम की कहना चाहोगे जिहड़ी इह सुरक्षा वधाई गई है? ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜਾ ਤਰਨ ਤਾਰਨ ਵਿਖੇ ਸਰਾਲੀ ਥਾਣੇ ਵਿਖੇ ਅਟੈਕ ਹੋਇਆ ਉਸ ਤੋਂ ਬਾਅਦ ਮਾਣਯੋਗ DGP ਸਾਹਿਬ ਮਾਣਯੋਗ SSP ਜ਼ਿਲ੍ਹਾ ਪਟਿਆਲਾ ਜੀ ਵੱਲੋਂ ਉੱਚ ਅਫਸਰਾਂ ਦੇ ਹੁਕਮ ਅਨੁਸਾਰ ਹਾਈਵੇ 'ਤੇ ਜਿੰਨੇ ਵੀ ਥਾਣੇ ਨੇ ਉੱਥੇ QRT ਤੈਨਾਤ ਕਰਕੇ 24 ਘੰਟੇ ਆਪਣੇ ਮੁਲਾਜ਼ਮ ਉੱਥੇ ਤੈਨਾਤ ਰਹਿਣਗੇ ਸੁਰੱਖਿਆ ਪਰਪਜ਼ ਵਾਸਤੇ। ਇਹ ਤੇ ਮੈਡਮ ਇਸ ਤਰ੍ਹਾਂ ਕਿਉਂ ਹੋ ਰਿਹਾ ਕਿ ਪੰਜਾਬ ਪੁਲਿਸ ਨੂੰ ਜਿਹੜੀ ਹੈ ਆਪਣੀ ਸੁਰੱਖਿਆ ਵਾਸਤੇ ਪੁਲਿਸ ਜਿਹੜੀ ਹੈ ਤੈਨਾਤ ਕਰਨੀ ਪੈ ਰਹੀ ਹੈ ਕਿਉਂਕਿ ਥਾਣੇ ਦੇ ਵਿੱਚ ਵੀ ਕਾਫੀ ਮੁਲਾਜ਼ਮ ਹੈਗੇ ਅਤੇ ਉਰੇ ਵੀ ਜਿਹੜੀ ਹੈ ਪਟਿਆਲਾ ਪੁਲਿਸ ਵੱਲੋਂ ਜਿਹੜੀ ਹੈ SSP ਸਾਹਿਬ ਵੱਲੋਂ ਦੋਨੋਂ ਥਾਣੇ ਦੇ ਵਿੱਚ ਜਿਹੜੀ ਹੈ ਪੁਲਿਸ ਲਾਈ ਗਈ ਹੈ। ਮੇਨ ਕਾਰਨ ਇਸ ਦਾ ਇਹ ਹੈ ਕਿ ਜਿਹੜੇ ਹਾਈਵੇ ਵਾਲੇ ਪੁਲਿਸ ਸਟੇਸ਼ਨ ਨੇ ਇਹਨਾਂ 'ਤੇ ਹਰ ਟਾਈਮ ਜੋ ਟ੍ਰੈਫਿਕ ਚੱਲਦੀ ਰਹਿੰਦੀ ਹੈ ਅਤੇ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਟਾਈਮ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਇਹੋ ਜਿਹੀ ਸ਼ਰਾਰਤ ਕਰਦੇ ਨੇ ਕਿ ਜਿਹਦੇ ਕਾਰਨ ਸਾਰਾ ਮਾਹੌਲ ਖਰਾਬ ਹੁੰਦਾ ਹੈ, ਪੁਲਿਸ ਸਟੇਸ਼ਨ ਦਾ ਵੀ ਮਾਹੌਲ ਖਰਾਬ ਹੁੰਦਾ ਹੈ, ਜਿਸ ਕਾਰਨ ਉੱਚ ਅਫਸਰਾਂ ਵੱਲੋਂ ਇਹ ਸੁਰੱਖਿਆ ਵਧਾਈ ਗਈ ਹੈ। ਅਤੇ ਮੈਡਮ ਤੁਸੀਂ ਹੁਣੀ ਇਸ ਥਾਣੇ ਦਾ ਜਿਹੜਾ ਹੈ ਚਾਰਜ ਸਾਂਭਿਆ, ਤੁਸੀਂ ਨਏ ਹੋ, ਕੀ ਕਹਿਣਾ ਚਾਹੋਗੇ ਆਪਣੇ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਕਾਫੀ ਪਿਛਲੇ ਦਿਨਾਂ ਦੇ ਵਿੱਚ ਨਸ਼ੇ ਦੀਆਂ ਅਤੇ ਕਾਫੀ ਵਾਰਦਾਤਾਂ ਜਿਹੜੀਆਂ ਇਸ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੀਆਂ ਅਤੇ ਕੀ ਕਹਿਣਾ ਚਾਹੋਗੇ ਆਉਣ ਵਾਲੇ ਦਿਨਾਂ ਦੇ ਵਿੱਚ? ਆਉਣ ਵਾਲੇ ਦਿਨਾਂ 'ਚ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰੂੰਗੀ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਮਾਣਯੋਗ SSP ਸਾਹਿਬ ਵੱਲੋਂ DSP ਘਨੌਰ ਸ਼੍ਰੀ ਰਘਬੀਰ ਜੀ ਸਿੰਘ ਵੱਲੋਂ ਜੋ ਇੱਕ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਅਸੀਂ 10 ਦਿਨਾਂ ਦੀ ਮੇਰੀ ਪੋਸਟਿੰਗ ਦੇ ਵਿੱਚ ਅਸੀਂ 3 ਪਰਚੇ ਦੇ ਚੁੱਕੇ ਹਾਂ ਅਤੇ ਮੇਰੀ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਨਸ਼ਿਆਂ ਦੇ ਖਿਲਾਫ ਥੋੜ੍ਹਾ ਜਾਗਰੂਕ ਹੋਵੋ ਕਿਉਂਕਿ ਜੇ ਤੁਹਾਡਾ ਬੱਚਾ ਨਸ਼ੇ ਕਰਦਾ ਹੈ ਤਾਂ ਕੱਲ੍ਹ ਉਹ ਚੋਰੀ ਵੀ ਕਰੂਗਾ ਆਪਣੇ ਪੈਸੇ ਨੂੰ ਪੂਰਾ ਕਰਨ ਵਾਸਤੇ, ਤਾਂ ਨਸ਼ਿਆਂ ਦੇ ਖਿਲਾਫ ਵੱਧ ਤੋਂ ਵੱਧ ਅੱਗੇ ਹੋਵੋ, ਪੁਲਿਸ ਨੂੰ ਸਹਿਯੋਗ ਦੇਵੋ, ਨਸ਼ਾ ਜੜੋਂ ਖਤਮ ਕਰਾਂਗੇ। ਮੈਮ ਇਸ ਤੋਂ ਇਲਾਵਾ ਜਿਹੜੀ ਹੈ ਸ਼ਰਾਬ ਨੂੰ ਦੇਖਦੇ ਹੋਏ ਜਿਹੜੀ ਆਦੇਸ਼ ਜਾਰੀ ਕੀਤੇ ਹੈ ਪੰਜਾਬ ਦੇ CM ਵੱਲੋਂ ਕਿ ਥਾਣਿਆਂ ਦੇ ਆਪਣਾ ਪੈਲਸਾਂ ਦੇ ਬਾਹਰ ਜਿਹੜਾ ਹੈ ਜਿਹੜਾ ਵੀ ਨਸ਼ਾ ਕਰਕੇ ਨਿਕਲੇਗਾ ਉਹਦਾ ਵੀ ਜਿਹੜਾ ਹੈ ਉਹਦੇ ਵੀ ਕਾਰਵਾਈ ਕੀਤੀ ਜਾਏਗੀ, ਮੈਮ ਉਹ ਦੱਸੋਗੇ ਥੋੜ੍ਹਾ ਜਿਹਾ? ਬਿਲਕੁਲ ਜੀ, ਪੰਜਾਬ ਸਰਕਾਰ ਵੱਲੋਂ ਮਾਣਯੋਗ CM ਸਾਹਿਬ ਵੱਲੋਂ ਜਿਵੇਂ ਕਿ ਦਾਰੂ ਪੀ ਕੇ ਜਿਹੜੇ ਪੈਲਸ ਮੈਰਿਜ ਪੈਲਸ ਫੰਕਸ਼ਨ ਦੇ ਵਿੱਚ ਫੰਕਸ਼ਨ ਅਟੈਂਡ ਕਰਨ ਆਉਂਦੇ ਨੇ ਦਾਰੂ ਪੀ ਕੇ ਉਸ ਤੋਂ ਬਾਅਦ ਉਹਨਾਂ ਦੇ ਐਕਸੀਡੈਂਟ ਹੁੰਦੇ ਨੇ ਅਤੇ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਜੋ ਦਾਰੂ ਪੀਏਗਾ ਉਹ ਗੱਡੀ ਨਹੀਂ ਚਲਾਏਗਾ, ਉਸਦੇ ਰਿਗਾਰਡਿੰਗ ਸਾਡੇ ਵੱਲੋਂ ਨਾਕੇ ਲਗਾਏ ਜਾ ਰਹੇ ਨੇ, ਐਲਕੋਮੀਟਰ ਯੂਜ਼ ਕੀਤਾ ਜਾ ਰਿਹਾ ਤਾਂ ਕਿ ਦਾਰੂ ਪੀ ਕੇ ਕੋਈ ਗੱਡੀ ਨਾ ਚਲਾਵੇ ਅਤੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਤੇ ਮੈਡਮ ਹੁਣ ਤੱਕ ਕੋਈ ਤੁਸੀਂ ਚਲਾਨ ਕੀਤਾ ਹੋਵੇ ਜਾਂ ਕਿਸੇ ਤੇ ਪਰਚਾ ਦਿੱਤਾ ਹੋਵੇ ਇਸ ਤਰ੍ਹਾਂ? ਨਹੀਂ, ਅਜੇ ਸਾਡੀ ਨਾਕੇਬੰਦੀ ਜਾਰੀ ਹੈ ਅਤੇ ਅਜੇ ਇਹੋ ਜਿਹਾ ਕੋਈ ਕੇਸ ਰਜਿਸਟਰ ਨਹੀਂ ਹੋਇਆ। ਸੋ ਇਹ ਸੀਗੇ ਖੇੜੀ ਗੰਡਿਆਂ ਦੇ SHO ਜਿਨ੍ਹਾਂ ਨੇ ਨਵਾਂ ਚਾਰਜ ਸਾਂਭਿਆ ਅਤੇ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਜਿਹੜਾ ਹੈ ਇਹਦੀ ਸੁਰੱਖਿਆ ਜਿਹੜੀ ਹੈ ਥਾਣੇ ਦੀ ਵਧਾਈ ਗਈ ਹੈ ਅਤੇ ਉਸ ਤੋਂ ਬਾਅਦ ਜਿਹੜਾ ਮੈਡਮ ਵੱਲੋਂ ਕਿਹਾ ਗਿਆ ਕਿ ਨਸ਼ਿਆਂ 'ਤੇ ਜਿਹੜੀ ਹੈ ਥਲ ਪਾਈ ਜਾਏਗੀ ਜੋ ਉੱਚ ਅਧਿਕਾਰੀਆਂ ਦੇ ਆਦੇਸ਼ ਹੈ, ਹੁਣ ਦੇਖਣਾ ਇਹ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਲਕਾ ਘਨੌਰ ਦੇ ਵਿੱਚ ਨਸ਼ਿਆਂ 'ਤੇ ਜਿਹੜੀ ਥਲ ਹੈ ਉਹ ਕਦ ਤੱਕ ਜਿਹੜੀ ਹੈ ਪੂਰੀ ਤਰ੍ਹਾਂ ਪਾਈ ਜਾਂਦੀ ਹੈ। ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ, ਨਿਊਜ਼ 89 ਪੰਜਾਬ। हेलो एवरीवन, सत श्री अकाल, मैं तुहाडी जन्नत जुबैर। गाइस प्लीज़, तो तुसी देख रहे हो मैनू न्यूज़ 89 ते, प्लीज़ इन्हां दे चैनल नू लाइक करो, सबसक्राइब करो और वीडियो नू शेयर करो। थैंक यू। सत श्री अकाल जी, मैं तुहाडा अपना जसवंत सिंह राठौर, तो तुसी देख रहे हो न्यूज़ 89 पंजाब। तो जिवें कि कुलचे छोले
ਬੜੇ ਮਹਿੰਗੇ ਸੱਜ ਕੇ ਘਰਾਂ 'ਚ ਟੀ ਵੀ 'ਚ ਪਹੁੰਚ ਚੁੱਕੇ ਆ ਸੋਸ਼ਲ ਮੀਡੀਆ ਦੇ, ਅਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਉਹ ਫਿਲਮ ਤੁਸੀਂ ਦੇਖਣੀ ਆ, ਨਾਲ ਦੀ ਨਾਲ ਮੈਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ, ਕਿਉਂਕਿ ਇੱਥੇ ਤੁਹਾਨੂੰ ਅਪਡੇਟਸ ਮਿਲਣਗੀਆਂ ਕੁਲਚੇ ਛੋਲੇ ਦੀਆਂ।